करती मैं अरदास निमाणी दर्शन देओ सतगुरु जी करती मैं अरदास निमाणी तुसी राखे दुनिया दे सुन लो मेरी दर्द कहानी सुन लो मेरी दर्द कहानी दर्शन देओ सतगुरु जी करती मैं अरदास निमाणी दर्शन देओ सतगुरु जी करती मैं अरदास निमाणी दाता जी आके दर्श दे दियो मैनू आके दर्श दे दियो मैनू आ बहुल प्रभु जी तू अर्ज गुजार रही हां तैनू अर्ज गुजार रही हां तैनू ए लड़ी सुवासा दी लगना पता नहीं टूट जानी लगना पता नहीं टूट जानी दर्शन देओ सतगुरु जी करदी मैं अरदास निमाणी दर्शन देओ सतगुरु जी करदी मैं अरदास निमाणी दाता जी डुबी बिच गमा दे डूंगे डुबी बिच गमा दे डूंगे हम दर्दी कोई ना हंजू कौन पिता जी पूंजे हंजू कौन पिता जी पूंजे मैं चली हो गई हां सतगुर किसे नरमज पुछानी सतगुर किसे नरमज पुछानी दर्शन देओ सतगुरु जी करदी मैं अरदास निमाणी दर्शन देओ सतगुरु जी करदी मैं अरदास निमाणी रख दुख यारी दी मन विच करदी पई पुकारा मन विच करदी पई पुकारा मेरे प्यारे सतगुर जी आके लै दुखियां दियां सारा आके लै दुखियां दियां सारा कट कष्ट मालिका तू जावे सुलझ जन्म दी ताणी जावे सुलझ जन्म दी ताणी दर्शन देओ सतगुरु जी करदी मैं अरदास निमाणी दर्शन देओ सतगुरु जी करदी मैं अरदास
ਅਰਦਾਸ ਨਿਮਾਣੀ। ਫਰਿਆਦ ਸੁਣੀ ਉਸਦੀ ਕੱਟੇ ਬੰਦ ਤਾਂ ਹੋਈ ਖਲਾਸੀ, ਕੱਟੇ ਬੰਦ ਤਾਂ ਹੋਈ ਖਲਾਸੀ। ਕਰੇ ਪਾਰ ਭਵ ਜਲੋਂ ਜੀ ਬੰਦਗੀ ਤੇ ਸਤਿਗੁਰ ਦੀ ਬਾਣੀ, ਬੰਦਗੀ ਤੇ ਸਤਿਗੁਰ ਦੀ ਬਾਣੀ। ਦਰਸ਼ਨ ਦਿਓ ਸਤਿਗੁਰੂ ਜੀ ਕਰਦੀ ਮੈਂ ਅਰਦਾਸ ਨਿਮਾਣੀ, ਦਰਸ਼ਨ ਦਿਓ ਸਤਿਗੁਰੂ ਜੀ ਕਰਦੀ ਮੈਂ ਅਰਦਾਸ ਨਿਮਾਣੀ। ਤੁਸੀਂ ਰਾਖੇ ਦੁਨੀਆਂ ਦੇ ਸੁਣ ਲਓ ਮੇਰੀ ਦਰਦ ਕਹਾਣੀ, ਸੁਣ ਲਓ ਮੇਰੀ ਦਰਦ ਕਹਾਣੀ। ਦਰਸ਼ਨ ਦਿਓ ਸਤਿਗੁਰੂ ਜੀ ਕਰਦੀ ਮੈਂ ਅਰਦਾਸ ਨਿਮਾਣੀ, ਦਰਸ਼ਨ ਦਿਓ ਸਤਿਗੁਰੂ ਜੀ ਕਰਦੀ ਮੈਂ ਅਰਦਾਸ ਨਿਮਾਣੀ। ਐਸੀ ਅਰਦਾਸ, ਐਸੀ ਜੋਧੜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ ਵਿੱਚ ਉਹਨਾਂ ਨੂੰ ਧਿਆਨ ਕਰਕੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਅਰਦਾਸ ਕੀਤੀ ਸੀ, ਜੋਦੜੀ ਕੀਤੀ ਸੀ। ਇਤਿਹਾਸ ਦੇ ਵਿੱਚ ਲਿਖਿਆ ਹੈ ਪਾਤਸ਼ਾਹ ਨੇ ਗੁਰਬਾਣੀ 'ਚ ਉਚਾਰਿਆ ਕਿ ਗੁਰਸਿੱਖ ਅਰਦਾਸ ਕਰੇ ਇੱਕ ਮਨ ਇੱਕ ਚਿੱਤ ਹੋ ਕੇ, ਗੁਰਸਿੱਖ ਨੂੰ ਕੋਈ ਵੀ ਭੀੜ ਪੈ ਜਾਵੇ ਤੇ ਸਤਿਗੁਰੂ ਪਾਤਸ਼ਾਹ ਆਪਣੇ ਸੇਵਕ ਦੀ ਆਪ ਲਾਜ ਰੱਖਦੇ ਨੇ, ਤੇ ਜੇ ਗੁਰਸਿੱਖ ਨੇ ਔਖੇ ਸਮੇਂ ਵਿੱਚ ਅਰਦਾਸ ਕੀਤੀ ਹੈ ਨਾ, ਤਾਂ ਵੀ ਸਤਿਗੁਰੂ ਪਾਤਸ਼ਾਹ ਨੇ ਉਹਦੀ ਸਹਾਇਤਾ ਕੀਤੀ ਹੈ। ਤੇ ਜੇ ਗੁਰਸਿੱਖ ਨੇ ਗੁਰੂ ਦੇ ਦਰਸ਼ਨਾਂ ਦੀ ਅਰਦਾਸ ਕੀਤੀ ਹੈ ਨਾ, ਤਾਂ ਵੀ ਸਤਿਗੁਰੂ ਪਾਤਸ਼ਾਹ ਨੇ ਉਹਨੂੰ ਦਰਸ਼ਨ ਦਿੱਤੇ ਨੇ। ਐਸੀ ਅਰਦਾਸ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ। ਕਸ਼ਮੀਰ ਦੇ ਰਹਿਣ ਵਾਲੀ ਮਾਤਾ ਭਾਗ ਪਰੀ ਨੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੋਢੀ ਮਾਧੋ ਦਾਸ ਨੂੰ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਸ਼ਮੀਰ ਭੇਜਿਆ, ਤੇ ਸੋਢੀ ਮਾਧੋ ਦਾਸ ਨੇ ਗੁਰਸਿੱਖੋ ਸਿੱਖੀ ਦਾ ਪ੍ਰਚਾਰ ਬੜਾ ਕੀਤਾ, ਇੱਕ ਧਰਮਸ਼ਾਲਾ ਬਣਵਾਈ, ਕਥਾ ਕੀਰਤਨ ਦੀ ਮਰਯਾਦਾ ਚਲਾਈ, ਤੇ ਉਸ ਕਥਾ ਕੀਰਤਨ ਦੇ ਵਿੱਚ ਇੱਕ ਸੇਵਾਦਾਸ ਬ੍ਰਾਹਮਣ ਗੁਰੂ ਘਰ ਦਾ ਬਹੁਤ ਸ਼ਰਧਾਵਾਨ ਸਿੱਖ ਹੋ ਗਿਆ। ਸੇਵਾਦਾਸ ਕੜਾਹ ਪ੍ਰਸ਼ਾਦ ਦੀ ਦੇਗ ਕਰਦਾ, ਧਰਮਸ਼ਾਲਾ ਵਿੱਚ ਜੋੜ ਮੇਲੇ ਕਰਾਉਂਦਾ, ਸੰਗਤ ਦੀ ਸੇਵਾ ਕਰਕੇ ਬੜਾ ਪ੍ਰਸੰਨ ਹੁੰਦਾ। ਤੇ ਲਿਖਿਆ ਕਿ ਜਦੋਂ ਸੇਵਾਦਾਸ ਦੀ ਮਾਤਾ ਨੇ ਗੁਰੂ ਘਰ ਦੇ ਪ੍ਰਤੀ ਆਪਣੇ ਪੁੱਤਰ ਦੀ ਇੰਨੀ ਸ਼ਰਧਾ ਵੇਖੀ, ਇੰਨਾ ਪਿਆਰ ਵੇਖਿਆ, ਉਹ ਵੀ ਗੁਰੂ ਦੇ ਰੰਗ ਵਿੱਚ ਰੰਗੀ ਗਈ,
ਗੁਰੂ ਘਰ ਦੀ ਉਹ ਵੀ ਪ੍ਰੇਮਣ ਹੋ ਗਈ। ਰਾਤ ਦਿਨ ਗੁਰੂ ਗੁਰੂ ਜਪਣ ਲੱਗੀ। ਇੱਕ ਦਿਨ ਮਾਂ ਨੇ ਆਖਿਆ, ਪੁੱਤਰ ਸੇਵਾਦਾਸ, ਮੇਰਾ ਸਰੀਰ ਬਿਰਧ ਹੋ ਗਿਆ, ਮੈਂ ਇੰਨੀ ਦੂਰ ਜਾ ਕੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨਾਂ ਤੋਂ ਵਾਂਝੀ ਹਾਂ, ਇੰਨੀ ਦੂਰ ਜਾ ਕੇ ਦਰਸ਼ਨ ਨਹੀਂ ਕਰ ਸਕਦੀ, ਮੈਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਬੜੀ ਹੈ। ਤਾਂ ਸੇਵਾਦਾਸ ਨੇ ਆਖਿਆ ਕਿ ਮਾਤਾ, ਤੁਸੀਂ ਸਤਿਗੁਰੂ ਪਾਤਸ਼ਾਹ ਨੂੰ ਹਰ ਰੋਜ਼ ਇੱਕ ਮਨ ਇੱਕ ਚਿੱਤ ਹੋ ਕੇ ਅਰਾਧੋ, ਯਾਦ ਕਰੋ, ਉਹ ਅੰਤਰਯਾਮੀ ਹਨ, ਸਾਰਿਆਂ ਦੇ ਮਨਾਂ ਦੀ ਜਾਣਦੇ ਹਨ ਤੇ ਤੁਹਾਨੂੰ ਜ਼ਰੂਰ ਆ ਕੇ ਦਰਸ਼ਨ ਦੇਣਗੇ। ਲਿਖਿਆ ਕਿ ਮਾਤਾ ਨੇ ਉਸੇ ਦਿਨ ਤੋਂ ਪ੍ਰਣ ਕਰ ਲਿਆ, ਆਪਣੇ ਹੱਥੀਂ ਸੂਤ ਕੱਤ ਕੇ, ਖੱਦਰ ਬਣਾ ਕੇ ਤੇ ਸਤਿਗੁਰੂ ਪਾਤਸ਼ਾਹ ਵਾਸਤੇ ਇੱਕ ਚੋਲਾ ਤਿਆਰ ਕੀਤਾ। ਹਰ ਰੋਜ਼ ਅਰਦਾਸ ਕਰਦੀ, ਅੰਮ੍ਰਿਤ ਵੇਲੇ ਸਾਰਾ ਦਿਨ ਅਰਦਾਸ ਦੇ ਵਿੱਚ ਲੰਘ ਜਾਂਦਾ ਤੇ ਕਹਿੰਦੇ ਨੇ ਅਰਦਾਸ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਤੇ ਅਰਦਾਸ ਗੁਰਮੁਖੋ ਸੁਣੀ ਗਈ। ਸਤਿਗੁਰੂ ਪਾਤਸ਼ਾਹ ਦੀਵਾਨ ਦੇ ਵਿੱਚ ਬੈਠੇ ਸਨ ਤੇ ਜਦੋਂ ਮਾਈ ਭਾਗ ਪਰੀ ਦੇ ਪਿਆਰ ਦੀ ਤਾਰ ਮਿਲੀ ਨਾ ਸਤਿਗੁਰੂ ਪਾਤਸ਼ਾਹ ਨੂੰ, ਆਸਣ ਤੋਂ ਉੱਠੇ ਤੇ ਆਖਿਆ ਸੰਗਤਾਂ ਨੂੰ ਕਿ ਗੁਰਸਿੱਖੋ, ਸਾਨੂੰ ਇੱਕ ਬਹੁਤ ਦੂਰ ਤੋਂ ਮਾਤਾ ਭਾਗ ਪਰੀ ਦੇ ਪਿਆਰ ਦੀ ਤਾਰ ਪ੍ਰਾਪਤ ਹੋਈ ਹੈ ਤੇ ਉਹਨੂੰ ਜਾ ਕੇ ਦਰਸ਼ਨ ਦੇਣੇ ਨੇ, ਉਹਨੂੰ ਜਾ ਕੇ ਤਾਰਨਾ। ਤੇ ਪਾਤਸ਼ਾਹ ਨੇ ਤਿਆਰੀ ਕਰ ਲਈ, ਗੁਰਸਿੱਖਾਂ ਨੂੰ ਨਾਲ ਲੈ ਲਿਆ ਤੇ ਚੱਲ ਪਏ ਕਸ਼ਮੀਰ ਵੱਲ। ਤੇ ਜਦੋਂ ਕਸ਼ਮੀਰ ਦੇ ਅੰਦਰ ਪਹੁੰਚੇ ਜਿੱਥੇ ਸੇਵਾਦਾਸ ਦਾ ਘਰ ਸੀ, ਜਦੋਂ ਘੋੜੇ ਦੇ ਆਉਣ ਦੀ ਆਵਾਜ਼ ਸੁਣੀ ਨਾ, ਸੇਵਾਦਾਸ ਦਰਵਾਜ਼ੇ ਅੱਗੇ ਖਲੋ ਗਿਆ, ਵੇਖਿਆ ਕਿ ਧੰਨ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਆ ਰਹੇ ਨੇ, ਚਾਹ ਚੜ ਗਏ, ਆ ਕੇ ਚਰਨਾਂ ਤੇ ਨਮਸਕਾਰ ਕੀਤੀ। ਤੇ ਲਿਖਿਆ ਕਿ ਸੇਵਾਦਾਸ ਨੂੰ ਇੰਨਾ ਵੀ ਯਾਦ ਨਾ ਰਿਹਾ ਕਿ ਸਤਿਗੁਰੂ ਪਾਤਸ਼ਾਹ ਨੂੰ ਅੰਦਰ ਲੈ ਆਵਾਂ। ਸਤਿਗੁਰੂ ਪਾਤਸ਼ਾਹ ਨੂੰ ਆਇਆ ਵੇਖ ਕੇ ਅੰਦਰ ਦੌੜ ਗਿਆ, ਆਪਣੀ ਮਾਤਾ ਨੂੰ ਕਹਿੰਦਾ, ਮਾਤਾ ਚੱਲ, ਜਲਦੀ ਨਾਲ ਚੱਲ, ਜਿਨ੍ਹਾਂ ਨੂੰ ਤੂੰ ਉਡੀਕ ਰਹੀ ਸੈਂ, ਤੂੰ ਹਰ ਰੋਜ਼ ਅਰਦਾਸਾਂ ਕਰਦੀ ਸੈਂ, ਉਹ ਗੁਰੂ ਜੀ ਅੱਜ ਸਾਡੇ ਘਰ ਆਣ ਬਰਾਜੇ ਨੇ, ਕਰ ਲੈ ਦਰਸ਼ਨ, ਆਪਣਾ ਜਨਮ ਸਫਲਾ ਕਰ ਲੈ। ਲਿਖਿਆ ਕਿ ਆਪਣੇ ਪੁੱਤਰ ਤੋਂ ਇਹ ਖੁਸ਼ੀ ਦੀ ਗੱਲ ਸੁਣੀ ਤੇ ਮਾਤਾ ਨੂੰ ਚਾਹ ਚੜ ਗਏ, ਉੱਠ ਕੇ ਗਈ ਗੁਰੂ ਜੀ ਦੇ ਪਾਸ, ਚਰਨਾਂ ਤੇ ਜਾ ਕੇ ਨਮਸਕਾਰ ਕੀਤੀ, ਆਖਿਆ ਕਿ ਮੈਂ ਬਰਿਹਾਰੀ ਜਾਵਾਂ, ਮੈਂ ਘੋਲੀ ਜਾਵਾਂ, ਆਪ ਜੀ ਨੇ ਨਿਮਾਣੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਤੇ ਮਾਤਾ ਭਾਗ ਪਰੀ ਨੇ ਸੁੰਦਰ ਫੁੱਲਾਂ ਦੀ ਮਾਲਾ ਗੁੰਦ ਕੇ ਗੁਰੂ ਜੀ ਨੂੰ ਪਹਿਨਾਈ, ਧੂਪ ਜਗਾਈ, ਪਰਿਕਰਮਾ ਕੀਤੀ, ਮੱਥਾ ਟੇਕਿਆ ਤੇ ਸਤਿਗੁਰੂ ਪਾਤਸ਼ਾਹ ਅੰਤਰਜਾਮੀ ਆਖਿਆ, ਮਾਤਾ ਜਿਹੜਾ ਸਾਡੇ ਵਾਸਤੇ ਤੂੰ ਚੋਲਾ ਵਸਤਰ ਤਿਆਰ ਕੀਤਾ ਹੋਇਆ ਹੈ ਨਾ, ਉਹ ਛੇਤੀ ਲਿਆ, ਅਸੀਂ ਉਸ ਵਸਤਰ ਨੂੰ ਪਹਿਨਣ ਵਾਸਤੇ ਆਏ। ਤੇ ਲਿਖਿਆ ਕਿ ਮਾਈ ਨੇ ਆਪਣੇ ਧਨ ਭਾਗ ਸਮਝੇ, ਚੋਲਾ ਲਿਆਂਦਾ, ਸਤਿਗੁਰੂ ਪਾਤਸ਼ਾਹ ਜੀ ਨੇ ਪਹਿਨਿਆ, ਬੜੀ ਸੇਵਾ ਕੀਤੀ। ਤੇ ਪਾਤਸ਼ਾਹ ਨੇ ਆਖਿਆ ਕਿ ਹੇ ਮਾਤਾ, ਤੂੰ ਸਾਨੂੰ ਆਪਣੇ ਨਾਲ ਪ੍ਰੇਮ ਨਾਲ ਵਸ ਕਰ ਲਿਆ, ਸਾਨੂੰ ਹੋਰ ਕੋਈ ਵਸਤਰ ਚੰਗਾ ਨਹੀਂ ਲੱਗਦਾ। ਤੇ ਮਾਤਾ ਨੇ ਆਖਿਆ, ਸਤਿਗੁਰੂ, ਇਹ ਆਪ ਜੀ ਨੇ ਕੋਈ ਨਵੀਂ ਗੱਲ ਨਹੀਂ ਕੀਤੀ, ਮੁੱਢ ਤੋਂ ਹੀ ਇਹ ਆਪ ਜੀ ਦਾ ਬਿਰਧ ਹੈ। ਸਤਿਗੁਰੂ, ਤੁਸੀਂ ਹੀ ਰਾਮ ਜੀ ਦੇ ਰੂਪ ਵਿੱਚ ਭੀਲਣੀ ਦੇ ਜੂਠੇ ਬੇਰ ਖਾਣ ਲਈ ਉਸ ਜੰਗਲ ਵਿੱਚ ਗਏ ਸੀ,
ਸਤਿਗੁਰੂ ਤੁਸੀਂ ਹੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਪ੍ਰੇਮ ਵਸ ਹੋ ਕੇ ਭਗਤ ਸੁਦਾਮੇ ਪਾਸ ਕੇਲਿਆਂ ਦੇ ਛਿੱਲੜ ਖਾਣ ਗਏ ਸੀ ਤੇ ਪਾਤਸ਼ਾਹ ਤੁਸੀਂ ਹੀ ਗੁਰੂ ਨਾਨਕ ਜੀ ਦੇ ਰੂਪ ਵਿੱਚ ਭਾਈ ਲਾਲੋ ਦੇ ਘਰ ਅਹਿਮਦਾਬਾਦ ਕੋਧਰੇ ਦੀ ਰੋਟੀ ਖਾਂਦੇ ਰਹੇ ਹੋ। ਅੱਜ ਇਸ ਰੂਪ ਵਿੱਚ ਤੁਸੀਂ ਮੈਨੂੰ ਨਿਮਾਣੀ ਨੂੰ ਬਖਸ਼ ਰਹੇ ਹੋ। ਲਿਖਿਆ ਕਿ ਜਦੋਂ ਮਾਈ ਭਾਗ ਭਰੀ ਜੀ ਦੀਆਂ ਪ੍ਰੇਮ ਤੇ ਸ਼ਰਧਾ ਦੀਆਂ ਗੱਲਾਂ ਸੁਣੀਆਂ ਸਤਿਗੁਰੂ ਪਾਤਸ਼ਾਹ ਬੜੇ ਪ੍ਰਸੰਨ ਹੋਏ। ਪਾਤਸ਼ਾਹ ਦੇ ਪਾਸੋਂ ਮਾਈ ਨੇ ਚਰਨਾ ਅੰਮ੍ਰਿਤ ਲਿਆ। ਜਦੋਂ ਚਰਨਾ ਅੰਮ੍ਰਿਤ ਲਿਆ ਤੇ ਮਾਈ ਲਿਖਿਆ ਕਿ ਤ੍ਰੈ ਕਾਲ ਦਰਸ਼ੀ ਹੋ ਗਈ। ਸਾਰੇ ਸ਼ਹਿਰ ਚ ਚਰਚਾ ਫੈਲ ਗਈ ਕਿ ਮਾਈ ਭਾਗ ਭਰੀ ਦਾ ਪ੍ਰਣ ਕੀਤਾ ਹੋਇਆ ਗੁਰੂ ਜੀ ਨੇ ਏਡੀ ਦੂਰ ਤੋਂ ਚੱਲ ਕੇ ਆ ਕੇ ਪੂਰਾ ਕੀਤਾ। ਉਸ ਦਾ ਜਾਮਾ ਪਹਿਨ ਕੇ ਉਸਨੂੰ ਨਦਰੋਂ ਨਦਰ ਨਿਹਾਲ ਕਰ ਦਿੱਤਾ। ਐਸੀ ਬਖਸ਼ਿਸ਼ ਕੀਤੀ, ਜਨਮ ਮਰਨ ਕੱਟ ਦਿੱਤਾ ਮਾਤਾ ਭਾਗ ਭਰੀ ਦਾ। ਲਿਖਿਆ ਕਿ ਅੰਤਮ ਸਮਾਂ ਨੇੜੇ ਸੀ। ਮਾਤਾ ਭਾਗ ਭਰੀ ਜਿਸ ਦੀ ਗੁਰੂ ਪਾਤਸ਼ਾਹ ਨੇ ਅਰਦਾਸ ਸੁਣੀ ਤੇ ਉਹਨੇ ਪਾਤਸ਼ਾਹ ਦੇ ਹੁੰਦਿਆਂ ਹੁੰਦਿਆਂ ਆਪਣਾ ਸਰੀਰ ਤਿਆਗ ਦਿੱਤਾ ਹੈ ਤੇ ਆਪਣੇ ਹੱਥੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮਾਤਾ ਦਾ ਸੰਸਕਾਰ ਕਰਾਇਆ, ਕਥਾ ਕੀਰਤਨ ਦਾ ਪ੍ਰਵਾਹ ਚਲਾਇਆ। ਐਸੀ ਅਰਦਾਸ, ਐਸੀ ਜੋਦੜੀ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਜਿਸ ਤਰ੍ਹਾਂ ਦ੍ਰੋਪਦੀ ਨੇ ਭਗਵਾਨ ਕ੍ਰਿਸ਼ਨ ਦੇ ਚਰਨਾਂ 'ਚ ਅਰਦਾਸ ਕੀਤੀ ਸੀ, ਜਦੋਂ ਉਹਦੇ ਉੱਤੇ ਭੀੜ ਪਈ ਤਾਂ ਭਗਵਾਨ ਕ੍ਰਿਸ਼ਨ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਹੇ ਭਗਵਾਨ, ਹੁਣ ਇਸ ਸੰਸਾਰ ਵਿੱਚ ਮੇਰੀ ਪੱਤ ਰੱਖਣ ਵਾਲਾ ਕੋਈ ਨਹੀਂ ਹੈ। ਹੇ ਦੀਨ ਦੁਨੀ ਦੇ ਮਾਲਕ, ਤ੍ਰੇਤਾ ਯੁੱਗ ਦੇ ਅਵਤਾਰ, 16 ਕਲਾਂ ਸੰਪੂਰਨ ਭਗਵਾਨ, ਹੁਣ ਤੂੰ ਹੀ ਆ ਕੇ ਮੇਰੀ ਪੱਤ ਰੱਖ, ਮੇਰੀ ਸਹਾਇਤਾ ਕਰ। ਤੇ ਲਿਖਿਆ ਉਹਦੀ ਅਰਦਾਸ ਸੁਣੀ ਗਈ ਸੀ। ਸਭਾ ਦੇ ਵਿੱਚ ਉਸ ਨੂੰ ਨਗਨ ਕੀਤਾ ਜਾ ਰਿਹਾ ਸੀ, ਪਰ ਭਗਵਾਨ ਕ੍ਰਿਸ਼ਨ ਨੇ ਐਸੀ ਪੱਤ ਰੱਖੀ ਕਿ ਦੁਸ਼ਮਣਾਂ ਨੂੰ ਮੂੰਹ ਦੀ ਖਾਣੀ ਪਈ। ਉਹ ਬੜੇ ਸ਼ਰਮਸ਼ਾਰ ਹੋਏ। ਐਸੀ ਅਰਦਾਸ, ਪਾਤਸ਼ਾਹ ਨੇ ਆਖਿਆ ਕਿ ਗੁਰਸਿੱਖਾ, ਜਦੋਂ ਤੇਰੇ ਉੱਤੇ ਭੀੜ ਪਵੇ ਤੂੰ ਵੀ ਆਪਣੇ ਗੁਰੂ ਦੇ ਚਰਨਾਂ 'ਚ ਇਹੋ ਹੀ ਅਰਦਾਸ ਕਰਿਆ ਕਰ, ਕਿਉਂਕਿ ਪਾਤਸ਼ਾਹ ਨੇ ਉਚਾਰਿਆ ਗੁਰਬਾਣੀ ਦੇ ਵਿੱਚ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ। ਐਸੀ ਅਰਦਾਸ ਕਰੇ ਤੇ ਗੁਰੂ ਪਾਤਸ਼ਾਹ, ਉਹ ਅਕਾਲ ਪੁਰਖ ਤੇਰੀ ਸਹਾਇਤਾ ਲਈ ਜ਼ਰੂਰ ਹਾਜ਼ਰ ਹੋ ਜਾਣਾ। ਦਰਸ਼ਨ ਦਿਓ ਸਤਿਗੁਰੂ ਜੀ, ਕਰਦੀ ਮੈਂ ਅਰਦਾਸ ਨਿਮਾਣੀ। ਦਰਸ਼ਨ ਦਿਓ ਸਤਿਗੁਰੂ ਜੀ, ਕਰਦੀ ਮੈਂ ਅਰਦਾਸ ਨਿਮਾਣੀ। ਜਲ ਥਲ ਵਿੱਚ ਤੂੰ ਵਸਦਾ, ਤੇਰੇ ਨਾਮ ਦੀ ਜਾਗਰ ਸੁਣਾਈ, ਤੇਰੇ ਨਾਮ ਦੀ ਜਾਗਰ ਸੁਣਾਈ। ਤੁਸੀਂ ਸਾਗਰ ਰਹਿਮਤ ਦੇ, ਤਾਹੀ ਮੈਂ ਚੱਲ ਤੇਰੇ ਦਰ ਆਈ, ਤਾਹੀ ਮੈਂ ਚੱਲ ਤੇਰੇ ਦਰ ਆਈ। ਦਰਬਾਰ ਤੇਰੇ ਵਿੱਚੋਂ ਖਾਲੀ ਮੁੜਦਾ ਨਹੀਂ ਪੁਰਾਣੀ, ਖਾਲੀ ਮੁੜਦਾ ਨਹੀਂ
ਪੁਰਾਣੀ ਦਰਸ਼ਨ ਦਿਓ ਸਤਿਗੁਰੂ ਜੀ ਕਰਦੀ ਮੈਂ ਅਰਦਾਸ ਨਿਮਾਣੀ ਦਰਸ਼ਨ ਦਿਓ ਸਤਿਗੁਰੂ ਜੀ ਕਰਦੀ ਮੈਂ ਅਰਦਾਸ ਨਿਮਾਣੀ ਐਸੀ ਅਰਦਾਸ ਐਸੀ ਜੋਦੜੀ ਇੱਕ ਐਸੀ ਜਿੰਦ ਨੇ ਕੀਤੀ ਸੀ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਉਹਨਾਂ ਦੇ ਸਮੇਂ ਵਿੱਚ ਇੱਕ ਸਿੱਖ ਹੋਇਆ ਜਿਸ ਦਾ ਨਾਮ ਭਾਈ ਕਟਾਰੂ ਸੀ ਉਹ ਕਾਬਲ ਦੇ ਸੂਬੇ ਦੇ ਪਾਸ ਨੌਕਰੀ ਕਰਦਾ ਸੀ ਰਾਸ਼ਨ ਖਾਨੇ ਵਿੱਚ ਤੇ ਲਿਖਿਆ ਕਿ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਇਆ ਦਰਸ਼ਨ ਕੀਤੇ ਤੇ ਆ ਕਹਿੰਦਾ ਸਤਿਗੁਰੂ ਮੈਨੂੰ ਕੋਈ ਐਸਾ ਉਪਦੇਸ਼ ਦਿਓ ਜਿਸ ਨਾਲ ਮੇਰੇ ਸਾਰੇ ਕਲੇਸ਼ ਮਿਟ ਜਾਣ ਤੇ ਪਾਤਸ਼ਾਹ ਨੇ ਆਖਿਆ ਕਿ ਭਾਈ ਕਟਾਰੂ ਤੈਨੂੰ ਇਹ ਉਪਦੇਸ਼ ਹੈ ਕਿ ਤੂੰ ਪੂਰਾ ਤੋਲਣਾ ਸਤਨਾਮ ਦਾ ਸਿਮਰਨ ਕਰਨਾ ਆਪਣੀ ਕਮਾਈ ਵਿੱਚੋਂ ਗੁਰੂ ਘਰ ਨਿਮਿਤ ਦਸਵੰਧ ਵੀ ਦੇਣਾ ਇਹ ਕਰਕੇ ਵੇਖ ਲੈ ਤੈਨੂੰ ਕਦੀ ਘਾਟਾ ਨਹੀਂ ਆਉਣਾ ਲਿਖਿਆ ਕਿ ਉਪਦੇਸ਼ ਲੈ ਕੇ ਭਾਈ ਕਟਾਰੂ ਆਪਣੇ ਘਰ ਚਲਿਆ ਗਿਆ ਨੌਕਰੀ ਦੀ ਕਾਰ ਵਿੱਚ ਲੱਗ ਲੱਗਿਆ ਸਤਨਾਮ ਦਾ ਸਿਮਰਨ ਕਰਦਾ ਪੂਰਾ ਤੋਲਦਾ ਤੇ ਲਿਖਿਆ ਕਿ ਇੱਕ ਬਾਣੀਏ ਨੇ ਭਾਈ ਕਟਾਰੂ ਨੂੰ 5 ਪੈਸੇ ਭਰ ਘੱਟ ਵਜਨ ਦਾ ਵੱਟਾ ਧੋਖੇ ਨਾਲ ਦੇ ਦਿੱਤਾ ਤੇ ਭਾਈ ਕਟਾਰੂ ਨੂੰ ਪਤਾ ਨਹੀਂ ਭਾਈ ਕਟਾਰੂ ਸਿਮਰਨ ਕਰਦਾ ਨਾਲੇ ਉਸ ਵੱਟੇ ਨਾਲ ਗਾਹਕਾਂ ਨੂੰ ਸੌਦਾ ਤੋਲ ਤੋਲ ਕੇ ਦੇਈ ਜਾਂਦਾ ਇੱਕ ਦਿਨ ਇੱਕ ਗਾਹਕ ਨੇ ਕਟਾਰੂ ਤੋਂ ਸੌਦਾ ਲੈ ਕੇ ਜੋਖਿਆ ਤੇ ਗੁਰਮੁਖੋ ਉਹ 5 ਪੈਸੇ ਭਰ ਘੱਟ ਨਿਕਲਿਆ ਤੇ ਉਸ ਗਾਹਕ ਨੇ ਸੂਬੇ ਪਾਸ ਸ਼ਿਕਾਇਤ ਕੀਤੀ ਕਿ ਹੇ ਸੂਬੇਦਾਰ ਸਾਹਿਬ ਜਿਹੜਾ ਤੁਹਾਡਾ ਨੌਕਰ ਹੈ ਨਾ ਕਟਾਰੂ ਤੁਹਾਡਾ ਤੜਵਾਹੀ ਹੈ ਕਟਾਰੂ ਉਹ ਸਭ ਨੂੰ ਸੌਦਾ ਘੱਟ ਤੋਲ ਕੇ ਦਿੰਦਾ ਲਿਖਿਆ ਕਿ ਇਸ ਦੀ ਸ਼ਿਕਾਇਤ ਸੁਣ ਕੇ ਸੂਬੇ ਨੇ ਉਸੇ ਸਮੇਂ ਭਾਈ ਕਟਾਰੂ ਨੂੰ ਉਸਦੇ ਵੱਟੇ ਸਮੇਤ ਬੁਲਾ ਲਿਆ ਜਦੋਂ ਸਾਧ ਸੰਗਤ ਭਾਈ ਕਟਾਰੂ ਨੂੰ ਇਸ ਸ਼ਿਕਾਇਤ ਦਾ ਪਤਾ ਲੱਗਿਆ ਤਾਂ ਉਹਨੇ ਮਨ ਵਿੱਚ ਹੀ ਗੁਰੂ ਜੀ ਦੀ ਆਰਾਧਨਾ ਕੀਤੀ ਜੋਦੜੀ ਕੀਤੀ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਸ ਵਿੱਚ ਮੇਰਾ ਕੋਈ ਗੁਨਾਹ ਨਹੀਂ ਇਹ ਗਲਤੀ ਮੇਰੇ ਪਾਸੋਂ ਅਣਜਾਣ ਪੁਣੇ ਵਿੱਚ ਹੋਈ ਹੈ ਆਪ ਕਰੋ ਕਿਰਪਾ ਮੇਰੀ ਲਾਜ ਰੱਖੋ ਲਿਖਿਆ ਕਿ ਸਤਿਗੁਰੂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਦਰਬਾਰ ਲਗਾਈ ਬੈਠੇ ਸਨ ਇਸਤਰੀ ਪੁਰਸ਼ ਦਰਸ਼ਨ ਕਰਕੇ ਨਿਹਾਲ ਹੋ ਰਹੇ ਸਨ ਤੇ ਅਰਦਾਸ ਭਾਈ ਕਟਾਰੂ ਦੀ ਸੁਣੀ ਗਈ ਪਾਤਸ਼ਾਹ ਨੇ 5 ਪੈਸੇ ਫੜੇ ਅਤੇ ਕਦੇ ਆਪਣੇ ਸੱਜੇ ਹੱਥ ਅਤੇ ਕਦੇ ਖੱਬੇ ਹੱਥ ਵਿੱਚ ਉਹ ਪੈਸੇ 5 ਪੈਸੇ ਤੋਲ ਰਹੇ ਸਨ ਤੇ ਸਾਧ ਸੰਗਤ ਜਦੋਂ ਇਸ ਕੌਤਕ ਨੂੰ ਵੇਖ ਕੇ ਇੱਕ ਸਿੱਖ ਨੇ ਪੁੱਛਿਆ ਸਤਿਗੁਰੂ ਇਹ ਆਪ ਕੀ ਕੌਤਕ ਕਰ ਰਹੇ ਤਾਂ ਪਾਤਸ਼ਾਹ ਨੇ ਆਖਿਆ ਕਿ ਗੁਰਸਿੱਖਾ ਇੱਕ ਸਿੱਖ ਦਾ ਇੱਕ ਵੱਟਾ 5 ਪੈਸੇ ਭਰ ਘੱਟ ਹੈ ਪਰ ਕਸੂਰ ਉਸਦਾ ਕੋਈ ਨਹੀਂ ਇਸ ਸਮੇਂ ਹਾਕਮ ਦੀ ਕਚਹਿਰੀ ਵਿੱਚ ਉਸਦੇ ਵੱਟੇ ਦਾ ਧੜਾ ਹੋ ਰਿਹਾ ਸਿੱਖ ਨੇ ਅੰਤਰ ਧਿਆਨ ਹੋ ਕੇ ਸਾਨੂੰ ਯਾਦ ਕੀਤਾ ਤੇ ਗੁਰਸਿੱਖਾ ਅਸੀਂ ਉਸਦਾ ਵੱਟਾ ਪੂਰਾ ਕਰਨ ਵਾਸਤੇ ਤੱਕੜੀ ਦੇ ਦੋਹਾਂ ਛਾਬਿਆਂ ਵਿੱਚ
जद इधर उधर पलट के धड़ा होने लगता है ता उस घट बट्टे नाल पंज पैसे पाके तोल पूरा कर देने। इस तरह गुरु जी की कृपा रहमत नाल जदों भाई कटारू दे वट्टे दा तोर पूरा हो गया है ना ता सूबे ने परेशान होके भाई कटारू नू अपने खजाने दा खजानची नियत कर दिता है। ऐसी पत रखी ऐसे औखे समय विच ऐसी एक निमाणी जिंद दी भाई कटारू दी पातशाह ने धन गुरु अर्जन देव पातशाह ने पत रखी ते जदों समा पा के भाई कटारू पातशाह दे दर्शना लई आया है ता उस पासों घट वटे दा तोल पूरा होण दा प्रसंग सुन के सारिया ने संगतां ने गुरु जी दा पंज पैसे फड़ के कौतक करन वाला प्रसंग याद करके अपने सिखां दी पैज रखण वाले गुरु जी नूं धन आखिया धन आखिया। ते पातशाह ने आख्या गुरसिखा जदों तेरे उते भीड़ पैंदी है ना ता तेरी सहायता तेरे गुरु ने करनी है। अरदास करके जोधड़ी करके निम्रता पूर्वक नीवा होके अरदास करके वेख लै कदी मनो भुलों देना आदिवाल सेवक तेरे दर दे आदिवाल सेवक तेरे दर दे तू लाले चरनी जी पूरी आस सतगुरु कर दे पूरी आस सतगुरु कर दे कल जुग दी माया तू तैनू जप के जिंद बचानी तैनू जप के जिंद बचानी दर्शन देओ सतगुरु जी करदी मैं अरदास निमाणी दर्शन देओ सतगुरु जी करदी मैं अरदास निमाणी तुसी राखे दुनिया दे लो मेरी दर्द कहानी सुन लो मेरी दर्द कहानी दर्शन देओ सतगुरु जी करदी मैं अरदास निमाणी दर्शन देओ सतगुरु जी करदी मैं अरदास निमाणी दर्शन देओ सतगुरु जी करदी अरदास निमाणी दर्शन देओ सतगुरु जी करदी मैं अरदास